ਸੂਬੇ ਚ ਕੈਪਟਨ ਸਰਕਾਰ ਨੂੰ ਬਣੇ ਹੋਏ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਹੁਣ ਲੋਕਾਂ ਨੂੰ ਮਜਬੂਰਨ ਸਰਕਾਰ ਵੱਲੋਂ ਕੀਤੇ ਹੋਏ ਵਾਅਦਿਆਂ ਨੂੰ ਇਸ ਅੰਦਾਜ਼ ਨਾਲ ਯਾਦ ਕਰਵਾਉਣਾ ਪੈ ਰਿਹਾ ਹੈ। ਸੁਣਵੇ ਰਾਜਿਆ ਪਟਿਆਲੇ ਵਾਲਿਆ, ਸੁਣਵੇ ਰਾਜਿਆ ਪਟਿਆਲੇ ਵਾਲਿਆ, ਰਾਜਿਆ ਪਟਿਆਲੇ ਵਾਲਿਆ ਗੱਲ ਸੁਣ ਜਾ ਤੂੰ ਖੜਕੇ ਵੀ ਵੱਡੇ ਵੱਡੇ ਵਾਅਦੇ ਕੀਤੇ, ਹੋ ਵੱਡੇ ਵੱਡੇ ਵਾਅਦੇ ਕੀਤੇ, ਗੁਟਕਾ ਹੱਥਾਂ ਵਿੱਚ ਫੜ ਕੇ ਵੀ ਘਰ ਘਰ ਦੇ ਵਿੱਚ ਦਿਓ ਨੌਕਰੀ, ਹੋ ਘਰ ਘਰ ਦੇ ਵਿੱਚ ਦਿਓ ਨੌਕਰੀ ਕਹਿੰਦਾ ਕਾਨਫਰੰਸ ਕਰਕੇ, ਹੁਣ ਤੂੰ ਮੁਕਰ ਗਿਆ ਹੋ ਵੱਡੇ ਵਾਅਦੇ ਕਰਕੇ, ਹੁਣ ਤੂੰ ਮੁਕਰ ਗਿਆ। ਜਨਤਾ ਦੇ ਨਾਲ ਦਗਾ ਜੇ ਕਰੀਏ, ਛੱਟਦੀ ਛੱਜ ਵਿੱਚ ਪਾ ਕੇ ਬਈ ਝੂਠੀ ਸੋਹੇ ਖਾਣੀ ਮਾੜੀ, ਬਈ ਝੂਠੀ ਸੋਹੇ ਖਾਣੀ ਮਾੜੀ ਰੱਖ ਦਿੰਦੀ ਹਲਾ ਕੇ ਬਈ ਆਟਾ ਦਾਲ ਚਾ ਚੀਨੀ ਦਿਓ ਮੈਂ, ਮੈਂ ਸਰਕਾਰ ਬਣਾ ਕੇ ਬਈ ਪੋਲੀ ਪਾਲੀ ਜਨਤਾ ਠਗਲੀ, ਉਹ ਵਿੱਚ ਗੱਲਾਂ ਦੇ ਲਾ ਕੇ ਹੁਣ ਪਛਤਾਉਣੇ ਆ, ਗੱਲ ਵਿੱਚ ਬਾਹਾਂ ਪਾ ਕੇ ਹੁਣ ਪਛਤਾਉਣੇ।